ਅੰਮ੍ਰਿਤਸਰ ਦੇ ਪਿੰਡ ਮੁੱਦਲ ਦੇ ਵਿੱਚ ਥਾਣਾ ਵੇਰਕਾ ਦੀ SHO ਅਮਨਜੋਤ ਕੌਰ ਦੇ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ। DCP ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਜਰੇ ਨੇ ਜਾਣਕਾਰੀ ਦਿੱਤੀ ਹੈ। ਦੋ ਪਾਰਟੀਆਂ ਦੇ ਵਿਚਾਲੇ ਝਗੜਾ ਹੋ ਰਿਹਾ ਸੀ। ਇਸੇ ਦੇ ਦੌਰਾਨ SHO ਅਮਨਜੋਤ ਕੌਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਉੱਪਰ ਜਿਹੜਾ ਹੈ ਕੁਛ ਸ਼ਰਾਰਤੀ ਅਨਸਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਕਿ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਦੱਸ ਦਈਏ ਕਿ ਇਸ ਸੰਬੰਧ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਮੁੱਖ ਦੋਸ਼ੀ ਸੁਖਜੀਤ ਸਿੰਘ ਫੌਜੀ ਜੋ ਕਿ ਇਸ ਵੇਲੇ ਆਰਮੀ ਦੇ ਵਿੱਚ ਤੈਨਾਤ ਹੈ, ਉਸਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। SHO ਤੇ ਹਮਲਾ ਕਰਨ ਵਾਲਾ ਮੁਲਜ਼ਮ ਜਿਹੜਾ ਹੈ ਗ੍ਰਿਫਤਾਰ ਹੋ ਚੁੱਕਿਆ ਹੈ। SHO ਤੇ ਹਮਲਾ ਕਰਨ ਵਾਲਾ ਮੁਲਜ਼ਮ ਆਰਮੀ ਦਾ ਦੱਸਿਆ ਜਾ ਰਿਹਾ ਹੈ। ਦੱਸਦੇ ਕਿ ਹੋਰ ਵੀ ਸਾਥੀਆਂ ਦੀ ਗ੍ਰਿਫਤਾਰ ਕਰਨ ਦੇ ਲਈ ਜਿਹੜਾ ਹੈ ਪੁਲਿਸ ਤਤਪਰ ਹੈ। ਇਸ ਦੇ ਨਾਲ ਹੀ ਗ੍ਰਿਫਤਾਰੀ ਕਰਨ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਮੀ ਦਾ ਜਵਾਨ ਦੱਸਿਆ ਜਾ ਰਿਹਾ ਮੁਲਜ਼ਮ। ਤੇ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜਗਜੀਤ ਸਿੰਘ ਜੁੜ ਚੁੱਕੇ ਨੇ। ਜਗਜੀਤ, SHO ਤੇ ਹਮਲਾ ਕੀਤਾ ਗਿਆ ਹੈ, ਜਾਨਲੇਵਾ ਹਮਲਾ ਦੱਸਿਆ ਜਾ ਰਿਹਾ ਹੈ ਤੇ ਇਹ ਹਮਲਾ ਕਰਨ ਵਾਲਾ ਜਿਹੜਾ ਮੁਲਜ਼ਮ ਹੈ, ਖਾਸ ਗੱਲੇ ਦੇ ਵਿੱਚ ਇਹ ਹੈ ਕਿ ਆਰਮੀ ਦਾ ਜਵਾਨ ਦੱਸਿਆ ਜਾ ਰਿਹਾ ਕਿ ਕੁਝ ਜਾਣਕਾਰੀ ਤੁਹਾਡੇ ਕੋਲ। ਜੀ, ਅੱਜ ਮੈਂ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਦੇ ਪਿੰਡ ਮੁੱਦਲ ਦਾ ਇਹ ਸਾਰਾ ਮਾਮਲਾ ਹੈ, ਜਿੱਥੇ ਕਿ ਦੋ ਧਿਰਾਂ ਦੇ ਵਿਚਾਲੇ ਕੋਈ ਆਪਸੀ ਲੜਾਈ ਚੱਲ ਰਹੀ ਸੀ, ਜਿਸ ਵਿੱਚ ਪੁਲਿਸ ਕੋਲ ਇਨਫੋਰਮੇਸ਼ਨ ਆਈ ਤੇ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ, ਜਿਸ ਵਿੱਚ ਜਿਹੜੇ SHO ਸੀਗੇ ਅਮਨਜੋਤ ਕੌਰ ਜਿਹੜੇ ਸੀ ਉੱਥੇ ਮੌਕੇ ਤੇ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਜਦੋਂ ਉਹਨਾਂ ਨੇ ਉਹ ਲੜਾਈ ਝਗੜਾ ਵਿੱਚ ਜਿਹੜੇ ਝਗੜਾ ਕਰਨ ਵਾਲੇ ਇੱਕ ਦੋਸ਼ੀ ਨੂੰ ਜਿਹੜਾ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਉਹਨਾਂ ਦੇ ਜਿਹੜੇ ਸਾਥੀਆਂ ਵੱਲੋਂ ਜਿਹੜਾ ਵਾ SHO ਦੇ ਉੱਪਰ ਹੀ ਜਿਹੜਾ ਹਮਲਾ ਕਰ ਦਿੱਤਾ। ਜਿਹੜਾ ਹਮਲਾ ਕਰਨ ਦੇ ਨਾਲ SHO ਦੇ ਜਿਹੜੀ ਆ ਕੰਨ ਉੱਪਰ ਜਿਹੜੀ ਆ ਜੀ ਚੋਟ ਲੱਗੀ ਆ। ਜੀ ਬਿਲਕੁਲ, ਤੇ ਇਸ ਦੇ ਨਾਲ ਹੀ ਹੁਣ SHO ਦੀ ਹਾਲਤ ਕਿਸ ਤਰੀਕੇ ਦੇ ਨਾਲ ਦੱਸੀ ਜਾ ਰਹੀ ਹੈ, ਕੀ ਉਹ ਖਤਰੇ ਤੋਂ ਬਾਹਰ ਨੇ? ਜੀ, ਮੈਂ ਦੱਸਣਾ ਚਾਹੁੰਦਾ ਕਿ ਉਸੇ ਵੇਲੇ ਤੁਰੰਤ ਜਦੋਂ ਬਾਕੀ ਦੇ ਮੁਲਾਜ਼ਮਾਂ ਵੱਲੋਂ ਉਸੇ ਵੇਲੇ ਤਕਰੀਬਨ SHO ਸਾਹਿਬ ਨੂੰ ਜਿਹੜਾ ਵਾ ਇੱਕ ਹਸਪੀਟਲ ਵਿੱਚ ਐਡਮਿਟ ਕਰਵਾ ਦਿੱਤਾ ਗਿਆ, ਹਾਲੇ ਉਹਨਾਂ ਦੇ ਜੇਰੇ ਇਲਾਜ ਚੱਲ ਰਹੇ ਨੇ। ਜੀ ਬਿਲਕੁਲ ਜਗਜੀਤ, ਪਰ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਇਹ ਬੜੀ ਹੀ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਹੈ, ਕਿਉਂਕਿ ਇੱਕ ਪਾਸੇ ਇੱਕ ਆਰਮੀ ਦਾ ਜਵਾਨ ਜੋ ਕਿ ਸੁਰੱਖਿਆ ਦੇ ਵਾਸਤੇ ਜਾਣਿਆ ਜਾਂਦਾ ਹੈ, ਆਰਮੀ ਤੇ ਲੋਕਾਂ ਦੇ ਵੱਲੋਂ ਇੰਨਾ ਜ਼ਿਆਦਾ ਭਰੋਸਾ ਕੀਤਾ ਜਾਂਦਾ ਹੈ, ਉਸਦੇ ਵੱਲੋਂ ਇਸ ਤਰੀਕੇ ਦੀ ਜਾਨਲੇਵਾ ਹਮਲਾ ਉਹ ਵੀ SHO ਤੇ ਕਰਨਾ ਕਿੰਨਾ ਜ਼ਿਆਦਾ ਮੰਦਭਾਗਾ? ਬਿਲਕੁਲ, ਦੱਸਣਾ ਚਾਹੁੰਦਾ ਕਿ ਲਗਾਤਾਰ ਜਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਪੁਲਿਸ ਨੂੰ ਲਗਾਤਾਰ ਲੋਕਾਂ ਦੀ ਸੁਰੱਖਿਆ ਵਾਸਤੇ ਤੈਨਾਤ ਕੀਤਾ ਜਾਂਦਾ, ਪੁਲਿਸ ਲੋਕਾਂ ਦੀ ਸੁਰੱਖਿਆ ਕਰਦੀ ਹੈ, ਕਿਤੇ ਨਾ ਕਿਤੇ ਲੋਕਾਂ ਦੇ ਲੜਾਈ ਝਗੜੇ ਨੂੰ ਨਿਪਟਾਰਾ ਕਰਵਾਉਂਦੀ ਆ ਕਿ ਅਦਾਲਤਾਂ ਵਿੱਚ ਲੋਕਾਂ ਨੂੰ ਧੱਕੇ ਨਾ ਖਾਣੇ ਪੈਣ, ਪਰ ਕਿਤੇ ਨਾ ਕਿਤੇ ਲੋਕਾਂ ਵੱਲੋਂ ਇਨਸਾਫ ਨੂੰ ਲੈਣ ਦੀ ਬਜਾਏ ਇਨਸਾਫ ਉੱਪਰ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਹੈ, ਬੜੀ ਇੱਕ ਘਿਨੌਨੀ ਹਰਕਤ ਹੈ ਕਿ ਜਿਹੜੀ ਇੱਕ ਪੁਲਿਸ ਮੁਲਾਜ਼ਮ ਉੱਤੇ ਜਿਹੜਾ ਹਮਲਾ ਕਰ ਦੇਣਾ। ਬਹੁਤ ਬਹੁਤ ਸ਼ੁਕਰੀਆ ਜਗਜੀਤ ਤੁਹਾਡਾ ਜਾਣਕਾਰੀ ਦੇਣ ਦੇ ਲਈ। ਤੇ SHO ਤੇ ਹਮਲਾ ਕਰਨ ਵਾਲਾ ਮੁਲਜ਼ਮ ਜਿਹੜਾ ਹੈ ਗ੍ਰਿਫਤਾਰ ਹੋ ਚੁੱਕਿਆ, ਉਸਦੇ ਸਾਥੀ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਥਾਣਾ ਵੇਰਕਾ ਦੀ SHO ਤੇ ਇਸ ਮੁਲਜ਼ਮ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਹਰਸਿਮਰਨ ਸਿੰਘ, ਨੰਬਰਦਾਰ, ਪਿੰਡ ਮੁੱਦਲ ਜੀ। ਰਾਤੀ ਤੇ ਪਤਾ ਲੱਗਾ ਜੀ, ਰਾਤੀ 9 ਵਜੇ ਤੋਂ ਬਾਅਦ ਝਗੜਾ ਆਇਆ ਜੀ। ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਡਮ ਉੱਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗਲ ਪੈ ਗਏ ਆ, ਉਹਨੇ ਨੰਗੀਆਂ ਤਲਵਾਰਾਂ, ਉਹਨਾਂ ਕੋਲ ਦਾਤਰ ਸੀ, ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ, ਨਾਸ਼ ਕੀਤਾ ਵਾ, ਠੇਕੇ ਤੋਂ ਸ਼ਰਾਬ ਪੀ ਗਏ, ਬਾਹਰ ਆ ਕੇ ਝਗੜਾ ਕਰਨ ਡਿਆ ਪਿਆ ਅਤੇ ਉਹਨਾਂ ਸੜਕ ਜਾਮ ਕੀਤੀ ਸੀ ਅਤੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਸੱਟ ਲੱਗੀ ਆ, ਮੈਡਮ ਦੇ ਕਿਰਪਾਨਾਂ ਅਤੇ ਰਾਤੀ ਦਾਤਰ ਵਜੇ ਆ, ਮੈਡਮ ਦਾ ਮੁੰਡਾ ਅਮਰਵੀਰ ਆ, ਨਾਲ ਉਹਨੂੰ ਵੀ ਬਹੁਤ ਜ਼ਿਆਦਾ ਸੱਟ ਲੱਗੀ ਆ ਜੀ। ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ, ਮੁੱਖ ਮੰਤਰੀ ਸਾਹਿਬ ਨੂੰ, ਇਹ ਜਿਹੜਾ ਦੋਸ਼ੀ ਆ ਇਹਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ, ਜਿਹੜੀ ਇੱਕ ਬੀਬੀ ਢਾਉਣ ਡਈ ਆ, ਉਹਨਾਂ ਕੋਲ ਆਣ ਕੇ ਇਹਨੂੰ ਬਾਰਕੋਟ ਨਹੀਂ ਕੀਤੀ, ਸਿਰਫ ਇਹਨੂੰ ਠੱਲ ਪਾਉਣ ਵਾਸਤੇ ਵੀ ਖੋਜੋ, ਨਾ ਝਗੜਾ ਕਰੋ, ਉਹਨਾਂ ਦੇ ਉੱਥੇ ਹਮਲਾ ਕਰਨਾ ਸ਼ੁਰੂ ਕਰਤਾ ਵਾ ਜਿਹੜੇ ਦੋਸ਼ੀ ਆ। ਬੋਤਲਾਂ ਚਲਾਈਆਂ ਜੀ, ਦਾਤਰ ਉਹਨਾਂ ਨੇ ਸ਼ਰਿਆਂ ਮੋਟਰਸਾਈਕਲ 'ਤੇ ਘੁਮਾਏ ਆ ਜੀ ਸੜਕ ਦੇ ਉੱਤੇ,
ਉਹਨੇ ਜਾਮ ਕੀਤਾ ਸੀ ਰਾਤੀ ਜੀ। ਕੀ ਹੋਇਆ ਕੀ ਹੈ? ਝਗੜਾ ਕਰਦੇ ਸੀ ਮੈਡਮ ਬਾਈਪਾਸ ਤੇ, ਆਪਣੀ ਗਸਤਵਾ ਤੇ ਆਏ ਸੀ ਤੇ ਨਾਲ ਮੈਡਮ ਦੇ ਇੱਕੋ ਜਿਹੜਾ ਹੈਗਾ ਸੀ ਨਾਲ, ਉਹਨਾਂ ਦੇ ASI ਮੁੰਡਾ ਅਮਰਵੀਰ, ਇਹਨੂੰ ਦੋਵੇਂ ਵਿਚਾਰੇ ਕਾਬੂ ਆ ਗਏ ਸਿਵਲ ਪਾਰਟੀ ਕੋਲ। ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇਣੀ ਵੀ ਨਾ ਝਗੜਾ ਕਰੋ, ਰੁਕ ਜਾਓ, ਆਪਾਂ ਉੱਥੇ ਫਿਰ ਦਾਤਾਂ ਸ਼ੁਰੂ ਕਰ ਦਿੱਤੇ ਆ, ਉੱਥੇ ਕੁਰਬਾਨਾਂ ਦਾ ਹਮਲਾ ਕੀਤਾ ਵਾ। ਬੜੀ ਦੁੱਖ ਵਾਲੀ ਗੱਲ ਹੈ ਜੀ, ਸਾਡੇ ਬਹੁਤ ਵਧੀਆ ਅਫਸਰ ਜੀ, ਇਹਨਾਂ ਨੇ ਵੇਰਕੇ ਦੇ ਵਿੱਚ ਨਸ਼ੇ ਨੂੰ ਇਹ ਜੀ ਠੰਡ ਪਾਈ ਆ, ਥਾਣੇ ਵੇਰਕੇ ਦੇ ਵਿੱਚ ਨਸ਼ਾ, ਲੋਕ ਕਈ ਤਾਂ ਛੱਡ ਕੇ ਪਿੰਡ ਛੱਡ ਕੇ ਭਾਜੀ ਆ ਨਸ਼ੇ ਤੋਂ, ਵੀ ਮੈਡਮ ਆ ਸਰ ਤਾਂ ਬਹੁਤ ਆ ਨਸ਼ਾ ਛੱਡ, ਇਹ ਨਸ਼ਾ ਬੰਦ ਕਰ ਦੇਣਾ। ਦੇਖੋ ਜੀ, ਮੈਂ ਮੰਗ ਕਰਦੇ ਸਰਕਾਰ ਗਾੜੀ ਆਪਣੇ ਕੁਹਿੰਦਰ ਸਾਹਿਬ ਗਾੜੀ ਵੀ ਜਿਹੜੇ ਦੋਸ਼ੀ ਫੜ ਗਏ ਇਹਨਾਂ ਸਜ਼ਾ ਵੱਧ ਤੋਂ ਵੱਧ ਦਿੱਤੀ ਜਾਵੇ, ਇਹਨਾਂ ਪਤਾ ਕੀਤਾ ਜਾਵੇ। ਐਸਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੂਦਲ ਪਿੰਡ ਲੜਾਈ ਹੋਣ ਡੀ ਆ, ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੂਦਲ ਪਿੰਡ ਗਏ ਸੀ ਤੇ ਉੱਥੋਂ ਉਹਨਾਂ ਨੇ ਕੋਈ ਪੁੱਛ ਗਿੱਛ ਦੇ ਦੌਰਾਨ ਬੰਦਾ ਫੜਿਆ ਸੀਗਾ ਤੇ ਉਹਨਾਂ ਅੱਗੋਂ ਮੈਂ ਐਸਐਚਓ ਸਾਹਿਬ ਤੇ ਹਮਲਾ ਕਰਤਾ। ਸੱਟ ਲੱਗੀ ਹੋਈ ਹੁਣ ਅਮਨਦੀਪ ਹਸਪਤਾਲ ਐਡਮਿਟ, ਨਹੀਂ ਇੱਦਾਂ ਦੀ ਨਹੀਂ ਕੋਈ ਕਰਨੀ ਗਏ, ਲੜਾਈ ਝਗੜਾ ਹੋਇਆ ਸੀ ਉਹਦੇ ਸੰਬੰਧ 'ਚ ਇਤਲਾਹ ਆਈ ਤੇ ਉਹ ਮਤਲਬ ਉੱਥੇ ਉਹਦੇ ਸੰਬੰਧ 'ਚ ਗਏ ਸੀ। ਤਾਂ ਨਹੀਂ ਸਾਰੇ ਨਾਈਟ ਮੁਨਸ਼ੀ ਨੂੰ ਪਤਾ ਹੋਣਾ ਮੇਰੇ ਤੇ ਡੇਟ, ਮੇਰਾ ਲੇਡੀ ਹੈਡ ਕਾਂਸਟੇਬਲ ਸਿਮਰਨ ਜੀ। ਕੱਲ ਰਾਤ ਜਿਹੜੀ ਜੁਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਵੇਰਕਾ 'ਚ ਇੱਕ ਇੰਸੀਡੈਂਟ ਹੋਇਆ ਜਿਸ ਦੇ ਵਿੱਚ ਮੁਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ 'ਚ ਲੜਾਈ ਕਰ ਰਹੀਆਂ ਸਨ, ਜਿੱਥੇ ਇਨਫੋਰਮੇਸ਼ਨ ਮਿਲਣ 'ਤੇ ਜਿਹੜੇ ਐਸਐਚਓ ਵੇਰਕਾ ਉਹ ਸਾਡੇ ਲੇਡੀ ਆਫਿਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ। ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਛ ਸ਼ਰਾਰਤੀ ਬੰਦਿਆਂ ਨੇ ਐਸਐਚਓ 'ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ, ਜਿਸ 'ਤੇ ਉਹਨਾਂ ਨੂੰ ਫਿਲਹਾਲ ਉੱਥੇ ਹੌਸਪੀਟਲ ਐਡਮਿਟ ਕਰਾਇਆ ਗਿਆ।